ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਆਫ ਕੋਰਸ ਆਈ ਐਮ ਸਪੋਰਟਿੰਗ ਭਾਈ ਗੁਰਬਖਸ਼ ਸਿੰਘ ਖਾਲਸਾ ਬਿਕੋਜ਼ ਹੀ ਇਜ਼ ਡੂਇੰਗ ਅ ਗ੍ਰੇਟ ਐਫਰਟ ਬਿਕੋਜ਼ ਇੰਡੀਅਨ ਗਵਰਨਮੈਂਟ ਦੇ ਸ਼ੁੱਡ ਰਿਲੀਜ਼ ਆਲ ਦਾ ਪ੍ਰਿਜ਼ਨਰਸ ਹੂ ਆਰ ਬਿਹਾਈਂਡ ਦਾ ਬਾਰ ਇਨ ਦਾ ਜੇਲਜ਼ ਫੋਰ ਨੋ ਰੀਜ਼ਨ ਫਰੋਮ ਲਾਸਟ 26 ਔਰ ਮੋਰ ਦੈਨ 30 ਈਅਰਸ ਕਿਉਂਕਿ ਹਿਊਮਨ ਰਾਈਟਸ ਦੀ ਵੀ ਗੱਲ ਹੈਗੀ ਆ ਇਹ ਹੱਕ ਦੀ ਗੱਲ ਆ ਸੱਚ ਦੀ ਗੱਲ ਆ ਸੋ ਇਹਦੇ 'ਚ ਸਪੋਰਟ ਮੈਂ ਕਹਿੰਦਾ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜਿਹੜਾ ਵੀ ਬੰਦਾ ਕੋਈ ਇਨਸਾਫ ਪਸੰਦ ਹੈ ਕੋਈ ਮਨੁੱਖਤਾ ਨੂੰ ਪਿਆਰ ਕਰਦਾ ਉਹਨੂੰ ਭਾਈ ਗੁਰਬਖਸ਼ ਸਿੰਘ ਦਾ ਜਿਹੜਾ ਸਪੋਰਟ ਹੈ ਕਰਨੀ ਚਾਹੀਦੀ ਹੈ ਬਾਕੀ ਭਾਈ ਗੁਰਬਖਸ਼ ਸਿੰਘ ਨੇ ਪਿਛਲੇ ਸਾਲ ਕੀਤਾ ਸੀ ਅਸੀਂ ਉਦੋਂ ਵੀ ਆਪਣੇ ਜਿਹੜੇ ਚੈਨਲ 'ਤੇ ਕੰਮ ਕਰਦੇ ਹਾਂ ਉਹਦੇ ਨਾਲ ਵੀ ਅਸੀਂ ਸਪੋਰਟ ਕੀਤੀ ਇਸ ਸਾਲ ਵੀ ਸੋ ਜਦੋਂ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਵੀ ਮਨੁੱਖੀ ਹੱਕਾਂ ਦੀ ਗੱਲ ਹੋਊਗੀ ਤਾਂ ਆਪਾਂ ਨਾਲ ਖੜਾਂਗੇ ਜੀ ਬਿਲਕੁਲ ਖੜਾਂਗੇ ਬਿਲਕੁਲ ਭਾਈ ਜੀ ਇੱਕ ਇਹ ਗੱਲ ਵੀ ਹੈਗੀ ਆ ਕਿ ਜਿੱਦਾਂ ਇੱਥੇ ਮੈਂ ਦੇਖਿਆ ਨਾ ਵੀ ਕਈ ਕਲਾਕਾਰ ਵਗੈਰਾ ਆਉਂਦੇ ਨੇ ਵਿੱਚ ਇਜ਼ ਵੈਰੀ ਗੁੱਡ ਆਉਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਆ ਪਰ ਇਹਨੂੰ ਇੱਕ ਐਜ਼ ਆ ਫਨ ਨਾ ਲਓ ਵੀ ਤੁਸੀਂ ਆਏ ਇੱਥੇ ਫੋਟੋ ਫੋਟੋ ਖਿਚਾ ਲਈ ਅਤੇ ਉਸ ਤੋਂ ਬਾਅਦ ਬਾਹਰ ਜਾ ਕੇ ਤੁਸੀਂ ਫਿਰ ਉਹੀ ਗੰਦੇ ਗੀਤ ਗਾ ਕੇ ਵੀ ਜੇ ਤੁਸੀਂ ਹੁਣ ਗੁਰਬਖਸ਼ ਸਿੰਘ ਖਾਲਸਾ ਜੀ ਜੇ ਬੈਠੇ ਨੇ ਇੱਥੇ ਉਹ ਕੋਈ ਕੌਜ਼ ਲਈ ਬੈਠੇ ਨੇ ਉਹਨਾਂ ਦੀ ਕੋਈ ਪੋਲੀਟੀਕਲ ਸੋਚ ਹੈ ਉਹਨਾਂ ਦੀ ਕੋਈ ਉਹਨਾਂ ਦੇ ਕੋਈ ਚੰਗੇ ਕੰਮ ਲਈ ਬੈਠੇ ਨੇ ਸੋ ਉਹਨੂੰ ਵੀ ਤੁਸੀਂ ਰੈਕੋਗਨਾਈਜ਼ ਕਰੋ ਨਾ ਵੀ ਉਹ ਕੀ ਕਹਿੰਦੇ ਨੇ ਸੋ ਜੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਤਾਂ ਨੈਚੁਰਲੀ ਹੈ ਕਿ ਬਾਏ ਡਿਫੋਲਟ ਅਸੀਂ ਜਿਹੜਾ ਉਹਨਾਂ ਦਾ ਕਾਰਜ ਜਾਂ ਜਿਹੜਾ ਉਹਨਾਂ ਦਾ ਮਿਸ਼ਨ ਆ ਅਸੀਂ ਉਹਦੀ ਵੀ ਸਪੋਰਟ ਕਰਦੇ ਹਾਂ ਸੋ ਗੱਲ ਤਾਂ ਅਸੀਂ ਕਰਨੀ ਹੈ ਵੀ ਭਾਈ ਗੁਰਬਖਸ਼ ਸਿੰਘ ਦੀ ਸਪੋਰਟ ਕਰ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਬਾਅਦ 'ਚ ਬਾਹਰ ਜਾ ਕੇ ਫਿਰ ਆਹੀ ਪੰਜਾਬ ਦੀ ਜਿੰਨਾ ਵੀ ਸਾਡੇ ਸੱਭਿਆਚਾਰਕ ਗੰਦ ਪਿਆ ਮੈਂਟਲ ਪੋਲਿਊਸ਼ਨ ਕਹੂੰਗਾ ਮੈਂ ਤਾਂ ਇਹਨੂੰ ਇਹ ਸਾਰਾ ਮੈਂਟਲ ਪੋਲਿਊਸ਼ਨ ਹੈ ਜਿਹੜਾ ਸਾਡੇ ਦਿਮਾਗ 'ਚ ਜਾਂਦਾ ਗਾਣਿਆਂ ਗੂਣਿਆਂ ਦੇ ਥਰੂ ਜਾਂ ਹੋਰ ਜੋ ਵੀ ਸਿਸਟਮ ਹੈਗਾ ਬਾਕੀ ਠੀਕ ਆ ਚਲੋ ਜਿਹੜਾ ਕੋਈ ਬੰਦਾ ਆਉਂਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਗੱਲ ਲਾਉਣਾ ਹੀ ਚਾਹੀਦਾ ਆਪਾਂ ਐਂ ਨਹੀਂ ਹੈਗਾ ਵੀ ਜੇ ਕੋਈ ਆਇਆ ਤਾਂ ਆਪਾਂ ਨੂੰ ਕਹੀਏ ਵੀ ਤੁਸੀਂ ਕਿਉਂ ਆਉਂਦੇ ਹੋ ਚੰਗੀ ਗੱਲ ਨਾਲ ਜੁੜਨ ਪਰ ਇਹਦੇ ਨਾਲ ਨਾਲ ਜਦੋਂ ਸੋਸ਼ਲਾਈਜ਼ ਹੁੰਦੇ ਨੇ ਬਾਹਰ ਲੋਕਾਂ ਕੋਲ ਜਾਂਦੇ ਨੇ ਜਾਂ ਪ੍ਰੋਗਰਾਮ ਕਰਦੇ ਨੇ ਪਬਲਿਕਲੀ ਕਰਦੇ ਨੇ ਤਾਂ ਉੱਥੇ ਵੀ ਇਹ ਮੈਸੇਜ ਨੂੰ ਸਪਰੈਡ ਕਰਨ ਕਿਉਂਕਿ ਅਵੇਅਰਨੈਸ ਦੀ ਬੜੀ ਲੋੜ ਹੈ ਪੰਜਾਬ ਦੇ ਵਿੱਚ ਅਵੇਅਰਨੈਸ ਜਮ੍ਹਾਂ ਨਹੀਂ ਹੈਗੀ ਤੁਹਾਨੂੰ ਪਤਾ ਮੀਡੀਆ ਪਕਾਊਗਾ ਇੱਥੇ ਅਤੇ ਜਾਂ ਫਿਰ ਤੁਹਾਨੂੰ ਪਤਾ ਨੈਸ਼ਨਲਾਈਜ਼ ਜਿੰਨਾ ਵੀ ਨੈਸ਼ਨਲ ਮੀਡੀਆ ਉਹ ਵੀ ਉਹਨੇ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਤਾਂ ਕਰਨੀ ਨਹੀਂ ਹੈਗੀ ਸੋ ਜੇਲ੍ਹ ਦੇ ਵਿੱਚ ਰੱਖਣਾ ਕਿਸੇ ਨੂੰ ਉਹਦੀ ਸਜ਼ਾ ਪੂਰੀ ਹੋ ਜਾਣ ਤੋਂ ਬਾਅਦ ਇਹ ਵੈਸੇ ਹੀ ਮਤਲਬ ਬਹੁਤ ਵੱਡਾ ਇੱਕ ਤ੍ਰਾਸਦੀ ਹੈ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਜੇ ਸਾਡਾ ਕੋਈ ਬੰਦਾ ਮੈਂ ਕਹਿੰਦਾ ਕਿ 2 ਦਿਨ ਥਾਣੇ 'ਚ ਰਾਤ ਕੱਟ ਲਏ ਤਾਂ ਯੂ ਕੈਨ ਅੰਡਰਸਟੈਂਡ ਕਿ ਜਿਨ੍ਹਾਂ ਦੇ 26-26 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦਾ ਜਿਹੜਾ ਇਮੋਸ਼ਨਲ ਅਤੇ ਮੈਂਟਲ ਸਟੇਟਸ ਆ ਉਹ ਕਿੱਦਾਂ ਦਾ ਸੋ ਬਹੁਤ ਵੱਡਾ ਕਾਰਜ ਆ ਬਾਕੀ ਕਈ ਬੰਦਿਆਂ ਨੂੰ ਲੱਗਦਾ ਕਿ ਵੀ ਭਾਈ ਗੁਰਬਖਸ਼ ਸਿੰਘ ਨੇ ਪਿਛਲੇ ਸਾਲ ਤੋੜਤਾ ਸੀ ਜੀ ਵਿਕ ਗਏ ਇਹ ਮੈਂ ਨਹੀਂ ਇਹਨਾਂ ਗੱਲਾਂ ਨੂੰ ਬਾਹਲਾ ਵਧੀਆ ਸਮਝਦਾ ਕਿਉਂਕਿ ਉਹਨਾਂ ਨੂੰ ਪ੍ਰੋਮਿਸ ਕਰਕੇ ਪਿਛਲੇ ਸਾਲ ਤੜਾ ਲਈ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਸੀ ਠੀਕ ਆ ਅਤੇ ਨਾਓ ਹੀ ਇਜ਼ ਬੈਕ ਉਹ ਤਾਂ ਫਿਰ ਆਪਣੀ ਗੱਲ ਦੇ ਉੱਤੇ ਅੜੇ ਨੇ ਬਾਕੀ ਜੇ ਤੁਹਾਨੂੰ ਲੱਗਦਾ ਹੈ ਤਾਂ ਮੈਂ ਕਹਿੰਦਾ ਵੀ ਹਫ਼ਤਾ ਕੁ ਤੁਸੀਂ ਛੱਡ ਕੇ ਦੇਖ ਲਓ ਖਾਣਾ ਪਾਣੀ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਕਿੱਡੀ ਕੁ ਜਜ਼ਬੇ ਵਾਲੀ ਗੱਲ ਹੈ ਕਿੱਡਾ ਸਿਦਕ ਅਤੇ ਸਿਰੜ ਵਾਲੀ ਗੱਲ ਹੈ ਇਹ ਮਾੜੀ ਮੋਟੀ ਗੱਲ ਨਹੀਂ ਹੈਗੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਂ ਲਿਖਿਆ ਜਾਣਾ ਬਹੁਤ ਸੁਨਹਿਰੀ ਅੱਖਰਾਂ ਦੇ ਵਿੱਚ ਜਿਸ ਟਾਈਮ ਸਾਰੇ ਲੋਕ ਸੌਂ ਰਹੇ ਨੇ ਗੀਤ ਸੁਣ ਰਹੇ ਨੇ ਫਿਲਮਾਂ ਦੇਖ ਰਹੇ ਨੇ ਉਸ ਵੇਲੇ ਐਡਾ ਵੱਡਾ ਸਟੈਪ ਲੈਣਾ ਆਈ ਸਲਿਊਟ ਯੂ ਭਾਈ ਗੁਰਬਖਸ਼ ਸਿੰਘ ਖਾਲਸਾ ਐਂਡ ਹਿਜ਼ ਕੌਜ਼